ਅੰਮ੍ਰਿਤਸਰ ਬਟਾਲਾ ਜਲੰਧਰ ਬਾਈਪਾਸ ਨੇੜੇ ਅੱਜ ਸਵੇਰੇ ਦੋ ਟਰੱਕਾਂ ਦੀ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਟਾਲਾ ਬਾਈਪਾਸ ਮੋੜ ਤੇ ਇਹ ਟੱਕਰ ਹੋਈ ਅਤੇ ਇਸ ਦੇ ਚਲਦੇ ਇੱਕ ਕਰਿਆਨੇ ਦੇ ਸਮਾਨ ਦੇ ਨਾਲ ਭਰਿਆ ਟਰੱਕ ਪਲਟ ਗਿਆ। ਉੱਥੇ ਇਹ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਵੀ ਆਈਆਂ। ਕਰਿਆਨੇ ਦੇ ਸਮਾਨ ਵਾਲੇ ਟਰੱਕ ਡਰਾਈਵਰ ਰਾਜਨ ਸ਼ਰਮਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਸਮਾਨ ਲੈ ਕੇ ਬਟਾਲਾ ਆ ਰਿਹਾ ਸੀ। ਅਚਾਨਕ ਜਦ ਬਟਾਲਾ ਬਾਈਪਾਸ ਨੇੜੇ ਮੋੜ ਮੁੜਨ ਲੱਗਾ ਤਾਂ ਦੂਸਰੀ ਸਾਈਡ ਤੋਂ ਆ ਰਹੇ ਸੀਮੈਂਟ ਦੇ ਭਰੇ ਟਰੱਕ ਨੇ ਉਸਦੀ ਗੱਡੀ ਦੇ ਪਿਛਲੇ ਪਾਸੇ ਜ਼ੋਰ ਦੇ ਨਾਲ ਟੱਕਰ ਮਾਰ ਦਿੱਤੀ, ਜਿਸ ਦੇ ਨਾਲ ਉਸਦਾ ਟਰੱਕ ਸੜਕ 'ਤੇ ਹੀ ਪਲਟ ਗਿਆ ਅਤੇ ਵੱਡਾ ਮਾਲੀ ਨੁਕਸਾਨ ਹੋ ਗਿਆ, ਜਦਕਿ ਉਸਨੂੰ ਮਾਮੂਲੀ ਸੱਟਾਂ ਆਈਆਂ ਹਨ ਅਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਉੱਥੇ ਹੀ ਬਟਾਲਾ ਪੁਲਿਸ ਦੇ ਵੱਲੋਂ ਮੌਕੇ 'ਤੇ ਪਹੁੰਚ ਕੇ ਦੋਵਾਂ ਟਰੱਕ ਡਰਾਈਵਰਾਂ ਦੇ ਬਿਆਨ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਨਾਮ ਰਾਜਨ ਸ਼ਰਮਾ, ਅੰਮ੍ਰਿਤਸਰੋਂ ਭਰ ਕੇ ਆਉਂਦੇ ਗੱਡੀ ਅਤੇ ਇੱਥੇ ਮੈਂ ਚੌਂਕ 'ਚੋਂ ਲੰਘਣ ਡਿਆ ਅਤੇ ਗੱਡੀ ਮੇਰੀ ਸਾਰੀ ਲੰਘ ਗਈ ਅਤੇ ਪਿੱਛੇ ਲਿਆ ਗਈ। ਅੱਛਾ ਜੀ, ਕਿੱਥੋਂ ਆ ਰਹੇ ਤੁਸੀਂ? ਅੰਮ੍ਰਿਤਸਰੋਂ? ਮੈਂ ਅੰਮ੍ਰਿਤਸਰੋਂ ਆ ਰਿਹਾ ਜੀ। ਕੀ ਲੈ ਤੇ ਤੁਸੀਂ ਲੱਦਿਆ ਰਹੇ? ਪਰਚੂਨ ਲੱਦਿਆ ਰਹੇ ਬੱਚੇ। ਤਾਂ ਦੂਜਾ ਟਰੱਕ ਕਿੱਥੋਂ ਆ ਰਿਹਾ? ਜਾ ਨਾਲਾ ਕਢਵਾ ਆਂਡੀ ਵਾਲੇ ਸਿੰਡਰ ਦੀ ਗੱਡੀ ਲੱਦੀ ਨਹੀਂ। ਗੱਡੀ ਡਾਲੇ ਵੱਜੀ ਆ, ਪਿਛਲੇ ਪਿਛਲੀ ਸਾਈਡ ਵੱਜੀ ਆ, ਗੱਡੀ ਘੁਮਾ ਕੇ ਤਾਂ ਸੋਚੀ ਆ। ਦੇਖੋ ਕੋਈ ਜਾਨੀ ਮਾਨ ਦਾ ਨੁਕਸਾਨ ਤਾਂ ਨਹੀਂ ਹੋਇਆ? ਸੱਟਾਂ ਸੁੱਟਾਂ ਲੱਗੀਆਂ ਮੇਰੇ, ਮੈਂ ਡਿੱਗ ਗਿਆ, 2-3 ਮਿੰਟ ਬਾਅਦ ਉਹ ਸਹੀ ਹੋ ਗਿਆ ਵਿੱਚੋਂ। ਠੀਕ ਹੈ। ਕੀ ਨਾਮ ਤੁਹਾਡਾ? ਜਸਨ। ਇਹ ਕੀ ਘਟਨਾ ਆਈ ਹੈ? ਅੱਛਾ ਜੀ, ਕਿੱਥੋਂ ਆ ਰਹੇ ਤੁਸੀਂ? ਨਾਲਾ ਘਾਟੇ ਆ ਰਹੇ। ਆ ਜਿਹੜਾ ਟਰੱਕ ਖਲੋਤਾ ਤੁਹਾਡਾ ਵਾ, ਤੁਸੀਂ ਡਰਾਈਵਰ ਦੱਸ ਸਕਦੇ ਹੋ? ਤਾਂ ਕਿੱਥੇ ਜਾਣਾ ਜੀ ਨਾਲਾ ਘਾਟ ਤੋਂ? ਮੈਂ ਜਾਣਾ ਜੀ ਹਸਨਗੜ੍ਹ। ਕੀ ਘਟਨਾ ਹੋਈ ਇੱਥੇ, ਕਿਸ ਤਰ੍ਹਾਂ ਹੋਇਆ ਫਿਰ? ਮੈਂ ਸੁੱਤਾ ਬੁੱਖਿਆ ਜੀ ਸਵੇਰੇ, ਚੱਲ ਮਾਰਿਆ ਮੈਂ, ਸਿੱਧਾ ਆ ਰਿਹਾ ਤਾ। ਅੱਛਾ ਜੀ, ਕਸੂਰ ਕਿੱਦਾਂ ਮੰਨਦੇ ਤੁਹਾਡਾ ਕਿ ਉਹਨਾਂ ਦਾ? ਇਹ ਕਿਆ ਪਤਾ ਜੀ, ਹੁਣ ਤੁਸੀਂ ਦੇਖ ਲਓ ਕੀ ਹੁੰਦਾ ਜੀ। ਮੈਂ ਸਿੱਧਾ ਆ ਰਿਹਾ, ਹੇਠਾਂ ਨੂੰ ਲਿਆ। ਰਘਵੀਰ ਸਿੰਘ, ਪੁਰਾਣੇ ਬਾਈਪਾਸ ਅੰਮ੍ਰਿਤਸਰ ਤੋਂ ਹੋਇਆ ਵਾ, ਇਹ ਜਲੰਧਰ ਰੋਡ ਬਾਈਪਾਸ ਵੱਲੋਂ ਆ ਰਿਹਾ ਵਾ, ਇੱਕ ਕਰਿਆਨੇ ਦਾ ਭਰੇ ਗੱਡੀ ਆ ਕੈਂਪ ਇਹ ਆ ਰਿਹਾ ਇੱਧਰ ਅੰਮ੍ਰਿਤਸਰ, ਅਤੇ ਇੱਥੇ ਹੀ ਐਕਸੀਡੈਂਟ ਹੋਇਆ ਵਾ ਅਤੇ ਬਾਕੀ ਸਾਨੂੰ ਨੁਕਸਾਨ ਦਾ ਖਰਾਬ ਆ। ਕੋਈ ਕੋਈ ਸੱਟ ਪੇਟ ਤਾਂ ਨਹੀਂ ਕਿਸੇ ਨੂੰ ਲੱਗੀ? ਕੋਈ ਸੱਟ ਪੇਟ ਤਾਂ ਨਹੀਂ ਲੱਗੀ ਕਿਸੇ ਨੂੰ, ਠੀਕ ਆ। ਨੋਰਮਲ ਉਦੋਂ ਕਰਿਆਨੇ ਵਾਲੇ ਦੇ ਕਿਤੇ ਰਗੜ ਲੱਗੀ, ਬਾਕੀ ਠੀਕ ਠਾਕ। 7 ਵਜੇ ਨਾ SMJR ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ। ਮੇਰਾ ਨਾਮ ਰਾਜਨ ਸ਼ਰਮਾ, ਅੰਮ੍ਰਿਤਸਰੋਂ ਭਰ ਕੇ ਆਉਣ ਡਿਆ ਗੱਡੀ ਅਤੇ ਇੱਥੇ ਮੈਂ ਚੌਂਕ 'ਚੋਂ ਲੰਘਣ ਡਿਆ ਅਤੇ ਗੱਡੀ ਮੇਰੀ ਸਾਰੀ ਲੰਘ ਗਈ ਅਤੇ ਪਿੱਛੇ ਲਿਆ ਗਈ। ਅੱਛਾ ਜੀ, ਕਿੱਥੋਂ ਆ ਰਹੇ ਤੁਸੀਂ? ਅੰਮ੍ਰਿਤਸਰੋਂ? ਮੈਂ ਅੰਮ੍ਰਿਤਸਰੋਂ ਆ ਰਿਹਾ ਜੀ। ਤਾਂ ਕੀ ਲੈ ਤੇ ਤੁਸੀਂ ਲੱਦਿਆ ਰਹੇ? ਪਰਚੂਨ ਲੱਦਿਆ ਰਹੇ ਬੱਚੇ।